18 ਮਹੀਨਿਆਂ 'ਚ ਜਦੋਂ ਦੇ ਚੰਨੀ ਜੀ ਬਣੇ ਆ ਮੁੱਖ ਮੰਤਰੀ, ਜਿਹੜੀ ਸਾਡੀ ਕੋਈ ਕਮਜ਼ੋਰੀ ਸੀਗੀ, ਜਿਹੜੇ ਕੰਮ ਸਾਡੇ ਨਹੀਂ ਹੋ ਸਕੇ ਸੀ, ਉਹ ਅਸੀਂ 18 ਮਹੀਨਿਆਂ ਦੇ ਵਿੱਚ ਵਿੱਚ ਮੁਕੰਮਲ ਕੀਤੇ ਆ। ਮੌਸਮ ਸੀ ਔਰ ਤਿੰਨ ਚਾਰ ਬਾਰਿਸ਼ਾਂ ਦੇ ਵਿੱਚ ਤੁਸੀਂ ਸੜਕਾਂ ਦੇ ਹਾਲ ਦੇਖੋ। ਨਵੀਂ ਬਣੀ ਸੜਕ ਜਿਹੜੀ ਹੈ ਉਹਦੇ ਉੱਤੇ ਸਿਰਫ ਬਜਰੀ ਹੀ ਨਜ਼ਰ ਆਉਂਦੀ ਹੈ, ਨਜ਼ਰ ਨਹੀਂ ਆਉਂਦੀ। ਔਰ ਇਹ ਹਾਲ ਜਿਹੜਾ ਹੈ ਸਿਰਫ ਇੱਕ ਹਲਕੇ ਦਾ ਨਹੀਂ, ਪੂਰੇ ਸ਼ਹਿਰ ਦਾ। ਜਿਹੜੇ ਕੰਮ ਹੋਏ ਨੇ ਕਿਤੇ ਕਿਤੇ ਇਹ ਆਈ ਵਾਸ਼ ਬੰਦ ਨਹੀਂ ਲੱਗਦੇ, ਕਿ ਲੋਕਾਂ ਦੀਆਂ ਅੱਖਾਂ ਦੇ ਵਿੱਚ ਧੂੜ ਪਾਈ ਹੈ। ਕਾਫਲਾ ਰੋਕਣਾ ਬੜੀ ਜ਼ਰੂਰੀ ਹੈ। ਅਤੇ ਸਾਡੇ 'ਤੇ ਐਲੀਗੇਸ਼ਨ ਲਾਈ ਜਾਂਦੇ ਪੰਜਾਬੀਆਂ ਦੇ ਉੱਪਰ ਕਿ ਪੰਜਾਬੀਆਂ ਨੇ ਪ੍ਰਧਾਨ ਮੰਤਰੀ ਦਾ ਕਾਫਲਾ ਰੋਕ ਲਿਆ। ਪੰਜਾਬ ਕੌਮ ਜਿਹੜੀ ਹੈ ਦਲੇਰ ਕੌਮ ਆ, ਆਹਮਣੇ ਸਾਹਮਣੇ ਦੀ ਲੜਾਈ ਲੜਦੇ ਆ। ਤੁਸੀਂ ਇਹਨੂੰ ਅਸੀਂ ਦਲੇਰੀ ਕਹਾਂਗੇ? ਨਹੀਂ, ਦਲੇਰੀ ਬੀਜੇਪੀ ਕਰਕੇ, ਕਿਉਂਕਿ ਬੀਜੇਪੀ ਨੇ ਸਾਡੇ ਪੰਜਾਬ ਦਾ ਬੜਾ ਵੱਡਾ ਨੁਕਸਾਨ ਕੀਤਾ। ਤਿੰਨ ਕਾਲੇ ਕਾਨੂੰਨ ਲੈ ਕੇ ਸਾਡੇ 750 ਜਿਹੜੇ ਕਿਸਾਨ ਸੀਗੇ ਉਹਨਾਂ ਦੀਆਂ ਵਿਚਾਰਿਆਂ ਦੀਆਂ ਸ਼ਹੀਦੀਆਂ ਹੋਈਆਂ ਉਸ ਵੇਲੇ, ਔਰ ਉਹਨਾਂ ਦੇ ਮਨਾਂ ਦੇ ਵਿੱਚ ਰੋਸ਼ ਸੀਗਾ। ਅਤੇ ਜੇ ਇਹਨਾਂ ਨੇ ਕਾਲੇ ਕਾਨੂੰਨ ਵਾਪਸ ਹੀ ਲੈਣੇ ਸੀਗੇ ਜਾਂ ਵਾਪਸ ਕੀਤੇ ਤਾਂ ਬੜੇ ਨਿਰਦਰੀਆਪੂਰਕ ਦੇ ਹਿਸਾਬ ਦੇ ਨਾਲ ਲਿੱਤੇ। ਸਾਡੀਆਂ ਸ਼ਹੀਦੀਆਂ ਲੈ ਕੇ ਸਾਡੇ ਸ਼ਹੀਦ 750 ਜਿਹੜੇ ਕਿਸਾਨ ਕੀਤੇ, ਉਸ ਤੋਂ ਬਾਅਦ ਇਹਨਾਂ ਨੇ ਕਾਲੇ ਕਾਨੂੰਨ ਵਾਪਸ ਲਿੱਤੇ। ਜੇ ਅਸੀਂ ਇਸੇ ਤਰ੍ਹਾਂ ਫ੍ਰੀ ਕੰਮ ਕਰਦੇ ਨਾ, ਮੈਂ ਇਸ ਵੇਲੇ ਚਾਹੇ ਮੈਂ ਤੁਹਾਡੇ ਸਾਹਮਣੇ ਖੜਾ ਵਾਂ, ਮੈਂ ਪਾਰਟੀ ਤੋਂ ਉੱਪਰ ਉੱਠ ਕੇ ਕਹਿੰਦਾ ਕਿ ਜੇ ਅਸੀਂ ਇਸੇ ਤਰ੍ਹਾਂ ਕਰਾਂਗੇ ਆਉਣ ਵਾਲਾ ਜਿਹੜਾ ਸਮੇਂ ਹੈ ਨਾ, ਉਹ ਬਹੁਤ ਮਾੜਾ ਹੋਊਗਾ। ਸਾਨੂੰ ਫੰਡ ਜਨਰੇਟ ਕਿੱਧਰੋਂ ਨਾ ਕਿੱਧਰੋਂ ਕਰਾਉਣੇ ਚਾਹੀਦੇ। ਅਸੀਂ ਸਾਰੀਆਂ ਚੀਜ਼ਾਂ ਫ੍ਰੀ ਨਹੀਂ ਦੇ ਸਕਦੇ, ਪਰ ਕਿੱਧਰੋਂ ਨਾ ਕਿੱਧਰੋਂ ਸਾਨੂੰ ਫੰਡ ਜਨਰੇਟ ਹੋਣ, ਤਾਂ ਹੀ ਸਾਡਾ ਜਿਹੜਾ ਸਿਸਟਮ ਹੈ ਚੱਲ ਵਧੀਆ ਸਮੂਥਲੀ ਚੱਲ ਸਕਦਾ। ਅਤੇ ਜੇ ਅਸੀਂ ਫ੍ਰੀ, ਇੱਕ ਪਾਰਟੀ ਕਹਿ ਰਹੀ ਹੈ ਕਿ ਮੈਂ 2 ਕਿਲੋ ਵਾਟ ਫ੍ਰੀ ਕਰੂੰ, 3 ਕਿਲੋ ਵਾਟ ਫ੍ਰੀ ਕਰੂੰ, ਇਸ ਨਾਲ ਨੁਕਸਾਨ ਹੋ ਜੋ ਹੈਗਾ ਜੀ। ਜੇ ਅਸੀਂ ਕੌਂਸਲਰ ਰਹੇ ਹਾਂ 5-6 ਵਾਰ ਅਤੇ ਦਿਲੋਂ ਕੰਮ ਕੀਤਾ, ਕਦੇ ਇਹ ਨਹੀਂ ਸੋਚਿਆ ਵੀ ਸਾਨੂੰ ਪੋਰਟਫੋਲੀਓ ਕੋਈ ਵਧੀਆ ਮਿਲ ਜਾਏ ਜਾਂ ਅਸੀਂ ਇਹ ਬਣ ਜਾਈਏ। ਜੇ ਅਸੀਂ ਐਜ਼ ਏ MLA ਵਰਕਿੰਗ ਕੀਤੀ ਹੈ ਤਾਂ ਦਿਲੋਂ ਸੋਚ ਕੇ ਕੀਤੀ ਹੈ ਕਿ ਇੱਕ ਵਿਧਾਨ ਸਭਾ ਮੈਂਬਰ ਦੇ ਤੌਰ 'ਤੇ ਲੋਕਾਂ ਦੇ ਵਿੱਚ ਵਿਚਰੇ, ਕਦੀ ਇਹ ਨਹੀਂ ਸੋਚਿਆ ਵੀ ਮੈਂ ਲੋਕਾਂ ਦੇ ਵਿੱਚ ਜਾ ਰਿਹਾ, ਮੈਂ MLA ਨਾ, ਮੇਰੇ ਨਾਲ ਕੋਈ ਹੈ ਗੱਲ, ਮੈਂ ਨਹੀਂ ਹੈ, ਕਿਧਰੇ ਬੈਠਾ ਸਕੂਟਰ ਹੈ ਸਕੂਟਰ 'ਤੇ ਚਲੇ ਜਾਣਾ, ਕਾਰ ਹੈ ਕਾਰ 'ਤੇ ਚਲੇ ਜਾਣਾ, ਇਹ ਨਹੀਂ ਕਦੀ ਸੋਚਿਆ। ਜਿਹੜੇ ਸਾਡੇ ਆਪ ਦੇ ਉੱਥੇ ਮੁੱਖ ਮੰਤਰੀ ਨੇ ਕੇਜਰੀਵਾਲ ਸਾਹਿਬ, ਉਹ ਕਹਿੰਦੇ ਸੀ ਕਿ ਮੇਰਾ ਹੈਲਥ ਸਿਸਟਮ ਬਹੁਤ ਵਧੀਆ ਹੈ, ਮੇਰੀਆਂ ਡਿਸਪੈਂਸਰੀਆਂ ਬਹੁਤ ਵਧੀਆ, ਮੇਰੇ ਹੈਲਥ ਕਲੀਨਿਕ ਬਹੁਤ ਵਧੀਆ। ਉਹਨਾਂ ਨੇ ਹੱਥ ਖੜੇ ਕਰਤੇ ਸੀ। ਕੋਵਿਡ ਦੇ ਪੇਸ਼ੈਂਟ ਦਿੱਲੀ ਤੋਂ ਸ਼ਿਫਟ ਸਾਡੇ ਪੰਜਾਬ ਦੇ ਵਿੱਚ ਹੋਏ ਸੀ। ਸਾਡੇ ਹੋਸਪਿਟਲ ਚਾਹੇ ਉਹ ਪ੍ਰਾਈਵੇਟ ਸੀ ਚਾਹੇ ਉਹ ਸਰਕਾਰੀ ਸੀਗੀ, ਉਹਨਾਂ ਨੇ ਜਿਸ ਤਰੀਕੇ ਦੇ ਨਾਲ ਪੇਸ਼ੈਂਟ ਦੀ ਦੇਖਭਾਲ ਕੀਤੀ ਉਹ ਕਾਬਲੇ ਤਾਰੀਫ ਸੀ। ਸਾਡੀ ਪਾਰਟੀ ਮਜ਼ਬੂਤ ਹੈ, ਮਜ਼ਬੂਤੀ ਦੇ ਨਾਲ ਹੀ ਅਸੀਂ ਜਿਹੜੀਆਂ 2022 ਦੇ ਵਿਧਾਨ ਸਭਾ ਦੇ ਇਲੈਕਸ਼ਨ ਲੜਾਂਗੇ, ਜੇ ਧਾਕਾ ਕਰਾਂਗੇ, ਸਰਕਾਰ ਬਣਾਵਾਂਗੇ ਪੰਜਾਬ ਦੇ ਵਿੱਚ, ਦੁਬਾਰਾ ਕਾਂਗਰਸ ਸਰਕਾਰ ਲੈ ਕੇ ਆਵਾਂਗੇ। ਕਹਿੰਦੇ ਤਾਂ ਇਹ ਨੇ ਕਿ ਮੁਹੱਬਤ ਕੇ ਲੀਏ ਕੁਛ ਖਾਸ ਦਿਲ ਮਖਸੂਸ ਹੋਤੇ ਹੈ, ਇਹ ਵੋ ਨਗਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਤਾ। ਪਰ ਮੈਂ ਇਹ ਕਹਿੰਦਾ ਵਾਂ ਕਿ ਸਿਆਸਤ ਦੇ ਲਈ ਵੀ ਕੁਝ ਖਾਸ ਲੋਕ ਮਖਸੂਸ ਹੁੰਦੇ ਨੇ, ਔਰ ਸਿਆਸਤ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਪਰ ਸਿਆਸਤ ਦੇ ਵਿੱਚ ਜਿਹੜੀ ਪੈਨੀ ਨਿਗਾਹ ਰੱਖਦੇ ਨੇ, ਜਿਹੜੀ ਪੈਠ ਰੱਖਦੇ ਨੇ, ਔਰ ਜਿਨ੍ਹਾਂ ਦੇ ਸਦਕੇ ਬਹੁਤ ਸਾਰੇ ਕੰਮ ਜਿਹੜੇ ਨੇ ਸਾਡੇ ਇਸ ਇਲਾਕੇ ਦੇ ਵਿੱਚ ਨੇਪਰੇ ਚੜ੍ਹਦੇ ਨੇ, ਅੱਜ KPD ਨਿਊਜ਼ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸਾਡੇ ਹਲਕੇ ਦੇ ਬਹੁਤ ਹੀ ਮੰਨੇ ਪਰਮੰਨੇ ਉਹ ਸਿਆਸਤਦਾਨ ਜਿਨ੍ਹਾਂ ਨੇ ਆਪਣੀ ਸਿਆਸਤ ਦੇ ਕਰੀਅਰ ਦੇ ਵਿੱਚ ਬਹੁਤ ਸਾਰੇ ਮੁਕਾਮ ਹਾਸਿਲ ਕੀਤੇ ਨੇ। ਬੇਰੀ ਸਾਹਿਬ, ਆਓ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ। ਬੇਰੀ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਨਮਸਕਾਰ ਜੀ। ਬੇਰੀ ਸਾਹਿਬ, ਤੁਸੀਂ ਬਹੁਤ ਸਾਰੇ ਕੰਮ ਕੀਤੇ ਵੀ ਨੇ, ਔਰ ਇਸ ਖਿੱਤੇ ਦੇ ਵਿੱਚ ਖਾਸ ਤੌਰ 'ਤੇ ਸਿਆਸਤ ਦੇ ਵਿੱਚ ਜਦੋਂ ਦੇ ਤੁਸੀਂ ਹੋ ਔਰ ਜੋ ਤੁਸੀਂ ਹੁਣ ਤੱਕ ਕਰ ਪਾਏ ਹੋ, ਤੁਹਾਨੂੰ ਲੱਗਦਾ ਹੈ ਕਿ ਤੁਸੀਂ ਮੁਤਮਈਨ ਹੋ, ਕਿ ਤੁਸੀਂ ਸੈਟਿਸਫਾਈਡ ਹੋ ਕਿ ਜੋ ਕੰਮ ਹੋਏ ਨੇ ਉਹ ਠੀਕ ਹੋਏ ਨੇ? ਜੋ ਕੰਮ ਕੀਤੇ ਆ ਪਿਛਲੇ 5 ਸਾਲਾਂ ਦੇ ਵਿੱਚ ਮੈਂ ਸੈਟਿਸਫਾਈਡ ਹਾਂ, ਔਰ ਜਿਹੜੇ ਕੋਈ ਕੰਮ ਪੈਂਡਿੰਗ ਵੀ ਰਹਿ ਗਏ ਆ ਉਹ ਵੀ ਜਲਦੀ ਤੋਂ ਜਲਦੀ ਮੈਂ ਪੂਰੇ ਕਰਨ ਦੀ ਕੋਸ਼ਿਸ਼ ਕਰਨੀ ਹੈ। ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ, ਚੋਣਾਂ ਦੇ ਵਿੱਚ ਤੁਹਾਡੀ ਪਾਰਟੀ ਦਾ ਜਿਹੜਾ ਮੁਸਤਕਬਲ ਹੈ ਉਹ ਮਜ਼ਬੂਤ ਹੋਏਗਾ, ਜਾਂ ਲੱਗਦਾ ਕਿ ਕਿਤੇ ਡਾਮਾਡੋਲ ਹੈ? ਨਹੀਂ, ਬਿਲਕੁਲ ਸਾਡੀ ਪਾਰਟੀ ਮਜ਼ਬੂਤ ਹੈ, ਔਰ ਮਜ਼ਬੂਤੀ ਦੇ ਨਾਲ ਹੀ ਅਸੀਂ ਜਿਹੜੀਆਂ 2022 ਦੀਆਂ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਲੜਾਂਗੇ, ਔਰ ਜਿੱਤ ਹਾਸਲ ਕਰਾਂਗੇ, ਔਰ ਸਰਕਾਰ ਬਣਾਵਾਂਗੇ ਪੰਜਾਬ ਦੇ ਵਿੱਚ, ਫਿਰ ਦੁਬਾਰਾ ਕਾਂਗਰਸ ਦੀ ਸਰਕਾਰ ਲੈ ਕੇ ਆਵਾਂਗੇ। ਜਦੋਂ ਅਸੀਂ ਭਵਿੱਖ ਦੀ ਗੱਲ ਕਰਦੇ ਹਾਂ ਤਾਂ ਇਹ ਤਾਂ ਸ਼ਾਇਦ ਕੋਈ ਵੀ ਨਹੀਂ ਜਾਣਦਾ, ਵੋਟਰ ਦੇ ਹੱਥ ਦੇ ਵਿੱਚ ਹੁੰਦਾ ਭਵਿੱਖ, ਪਰ ਕਿਤੇ ਨਾ ਕਿਤੇ ਵਿਧਾਇਕ ਨੂੰ ਔਰ
ਜੋ ਪਾਰਟੀ ਦੇ ਨੁਮਾਇੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਸਾਡੀਆਂ ਕਮਜ਼ੋਰੀਆਂ ਕੀ ਨੇ। ਕੋਈ ਕਮਜ਼ੋਰ ਕੜੀ ਤੁਹਾਨੂੰ ਨਜ਼ਰ ਆ ਰਹੀ ਹੋਵੇ ਇਸ ਵੇਲੇ ਕਿ ਸਭ ਤੋਂ ਵੱਡਾ ਜਿਹੜਾ ਰਿੜਕਾ ਤੁਹਾਨੂੰ ਨਜ਼ਰ ਆ ਰਿਹਾ ਹੋਵੇ ਕਿ ਜਿਹਦੇ ਹੱਲ ਹੋਣ ਦੇ ਨਾਲ ਪਾਰਟੀ ਤੁਹਾਡੀ ਜਿਹੜੀ ਹੈ ਇੱਕ ਮਜ਼ਬੂਤ ਆਪਣਾ ਆਧਾਰ ਬਣਾ ਸਕਦੀ ਹੈ? ਦੇਖੋ, ਕਮਜ਼ੋਰੀ ਵਾਲੀ ਕੋਈ ਗੱਲ ਨਹੀਂ ਹੈਗੀ। ਪਿਛਲੇ 4 ਮਹੀਨਿਆਂ 'ਚ ਜਦੋਂ ਦੇ ਚੰਨੀ ਜੀ ਬਣੇ ਮੁੱਖ ਮੰਤਰੀ, ਜਿਹੜੀ ਸਾਡੀ ਕੋਈ ਕਮਜ਼ੋਰੀ ਸੀਗੀ, ਜਿਹੜੇ ਕੰਮ ਸਾਡੇ ਨਹੀਂ ਹੋ ਸਕੇ ਸੀਗੇ, ਉਹ ਅਸੀਂ 4 ਮਹੀਨਿਆਂ ਦੇ ਵਿੱਚ ਮੁਕੰਮਲ ਕੀਤੇ ਆ। ਚਾਹੇ ਉਹ ਬਿਜਲੀ ਮਾਫ਼ ਦੀ ਗੱਲ ਸੀ 2 ਕਿਲੋਵਾਟ ਤੱਕ, ਚਾਹੇ ਉਹ ਜਨਰਲ ਕੈਟਾਗਰੀ ਔਰ ਸਾਰੀਆਂ ਕੈਟਾਗਰੀਆਂ ਨੂੰ 3 ਰੁਪਏ ਯੂਨਿਟ ਬਿਜਲੀ ਮਾਫ਼ ਕੀਤੀ। ਉਹਦੇ ਇਲਾਵਾ ਅਸੀਂ ਵਿਡੋ ਪੈਨਸ਼ਨ, ਬਜ਼ੁਰਗਾਂ ਦੀ ਪੈਨਸ਼ਨ 1500 ਰੁਪਏ ਕੀਤੀ, ਜਿਹੜੀ ਕਿ ਅਕਾਲੀ ਦਲ BJP ਦੀ ਸਰਕਾਰ ਵੇਲੇ 500 ਰੁਪਇਆ ਮਿਲਦੀ ਸੀ, ਫਿਰ ਅਸੀਂ 750 ਕੀਤੀ, ਹੁਣ 1500 ਰੁਪਇਆ ਕੀਤੀ। ਬੱਸਾਂ ਦੇ ਵਿੱਚ ਲੇਡੀਜ਼ ਨੂੰ ਛੂਟ ਦਿੱਤੀ ਜਿੱਥੇ ਜਾਣਾ। ਹੋਰ ਜਿਹੜੇ ਕੋਈ ਬਹੁਤ ਜ਼ਰੂਰੀ ਕੰਮ ਸੀਗੇ, ਚਾਹੇ ਉਹ 36,000 ਵਰਕਰ ਨੂੰ ਅਸੀਂ ਪੱਕੇ ਕਰਨਾ ਸੀ, ਲੇਕਿਨ ਸਾਡੀ ਫਾਈਲ ਜਿਹੜੀ ਸੀ ਗਵਰਨਰ ਹਾਊਸ ਦੇ ਵਿੱਚ ਰੁਕ ਗਈ, ਸੈਂਟਰ ਸਰਕਾਰ ਨੇ ਰੁਕਾ ਦਿੱਤੀ, ਜਾਂ ਕੋਈ ਇਹੋ ਜਿਹਾ ਐਲੀਗੇਸ਼ਨ ਲਾ ਕੇ ਅਸੀਂ ਇਹੋ ਜਿਹੇ ਕੰਮ ਜਿਹੜੇ ਸਾਡੇ ਕੋਈ ਪੈਂਡਿੰਗ ਰਹਿ ਗਏ ਸੀਗੇ, ਉਹ ਅਸੀਂ ਪਿਛਲੇ 3-4 ਮਹੀਨਿਆਂ ਦੇ ਵਿੱਚ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਪੂਰੇ ਕਰਾਂਗੇ। ਔਰਤਾਂ ਨੂੰ ਤੁਸੀਂ ਕਿਹਾ ਵੀ ਬੱਸਾਂ ਦੇ ਵਿੱਚ ਲਗਭਗ ਫ੍ਰੀ ਸਫ਼ਰ ਤੁਸੀਂ ਦੇ ਰਹੇ ਹੋ, ਉਸ ਤੋਂ ਇਲਾਵਾ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਡੇ ਆਲੇ ਦੁਆਲੇ ਜੋ ਕੁਝ ਹੋ ਰਿਹਾ ਉਹਦੇ ਹਿਸਾਬ ਦੇ ਨਾਲ ਔਰਤਾਂ ਨੂੰ ਤੁਸੀਂ ਕਹਿੰਦੇ ਹੋ ਕਿ ਸਿਲੰਡਰ ਜਿਹੜੇ ਨੇ ਉਹ ਵੀ ਬਹੁਤ ਸਾਰੇ ਮਿਲਣਗੇ ਆਉਣ ਵਾਲੇ ਸਮੇਂ ਦੇ ਵਿੱਚ। ਇੱਦਾਂ ਨਹੀਂ ਲੱਗਦਾ ਕਿ ਅਸੀਂ ਔਰਤ ਪੱਖੇ ਜ਼ਿਆਦਾ ਹੋ ਗਏ ਹਾਂ, ਅਤੇ ਜਿਹੜੇ ਮਰਦ ਨੇ ਅਗਰ ਉਹਨਾਂ ਨੂੰ ਅਣਗੌਲਿਆਂ ਕੀਤਾ ਗਿਆ ਤਾਂ ਸਾਡੇ ਸਮਾਜ ਦਾ ਜਿਹੜਾ ਤਵਾਜ਼ੁਨ ਹੈ ਉਹ ਵਿਗੜ ਸਕਦਾ? ਨਹੀਂ, ਇਹੋ ਜਿਹੀ ਗੱਲ ਨਹੀਂ। ਜੋ ਜੈਂਟਸ ਦਾ ਬੰਦਾ ਹੱਕ ਜੈਂਟਸ ਨੂੰ ਦਿੱਤਾ ਜਾਂਦਾ, ਜਿਹੜੀਆਂ ਮੈਂ ਕਿਹਾ ਕਿ ਅਸੀਂ ਨੌਕਰੀਆਂ ਜਲਦੀਆਂ ਪੱਕੀ ਕਰਾਉਂਦੇ, ਜੈਂਟਸ ਹੋਰਾਂ ਦਾ ਬਹੁਤ ਵੱਡਾ ਹੱਥ ਹੈ। ਜਿਹੜਾ ਲੇਡੀਜ਼ ਨੂੰ ਜਿਹੜੀ ਚੀਜ਼ ਦੀ ਲੋੜ ਹੈ ਖਾਸ ਤੌਰ 'ਤੇ ਸਿਲੰਡਰਾਂ ਦੀ, ਜਿੱਦਾਂ ਤੁਸੀਂ ਕਹਿ ਰਹੇ ਸੀ, ਜਾਂ ਬੱਸ 'ਤੇ ਸਫ਼ਰ ਕਰਨ ਦੀ, ਉਹ ਅਸੀਂ ਜੋ ਜ਼ਰੂਰਤ ਸੀਗੀ ਉਸ ਜ਼ਰੂਰਤ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਔਰਤਾਂ ਦੇ ਫਾਇਦੇ ਵਾਸਤੇ ਉਹ ਸੋਚਿਆ ਸੀ। ਜ਼ਰੂਰਤ ਤਾਂ ਇੱਕ ਇਨਸਾਨ ਦੀ ਕੁੱਲੀ ਗੁੱਲੀ ਅਤੇ ਜੁੱਲੀ ਅਸੀਂ ਮੁੜ ਤੋਂ ਸੁਣਦੇ ਆਏ ਹਾਂ ਕਿ ਇਹੀ ਮੁੱਢਲੀਆਂ ਲੋੜਾਂ ਨੇ, ਔਰ ਇਹਨਾਂ ਨੂੰ ਹੱਲ ਕਰਦੇ ਹੋਏ ਇੱਕ ਇਨਸਾਨ ਜਿਹੜਾ ਉਹ ਤਾਂ ਉਮਰ ਜਿਹੜਾ ਜੱਦੋ ਜਹਿਦ ਵਿੱਚ ਰਹਿੰਦਾ ਹੈ। ਅੱਜ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪਿੱਛੇ ਜੇ ਪ੍ਰਧਾਨ ਮੰਤਰੀ ਜਦੋਂ ਆਏ ਸਾਡੇ ਪੰਜਾਬ ਦੇ ਵਿੱਚ, ਬਾਰਿਸ਼ ਦਾ ਮੌਸਮ ਸੀ, ਔਰ 3-4 ਬਾਰਿਸ਼ਾਂ ਦੇ ਵਿੱਚ ਹੀ ਤੁਸੀਂ ਸੜਕਾਂ ਦੇ ਹਾਲ ਦੇਖ ਲਓ। ਨਵੀਂ ਬਣੀ ਸੜਕ ਜਿਹੜੀ ਹੈ ਉਹਦੇ ਉੱਤੇ ਸਿਰਫ ਹੁਣ ਬਜਰੀ ਹੀ ਨਜ਼ਰ ਆਉਂਦੀ ਹੈ, ਲੁੱਕ ਕਿਤੇ ਨਜ਼ਰ ਨਹੀਂ ਆਉਂਦੀ, ਔਰ ਇਹ ਹਾਲ ਜਿਹੜਾ ਸਿਰਫ ਇੱਕ ਹਲਕੇ ਦਾ ਨਹੀਂ ਪੂਰੇ ਸ਼ਹਿਰ ਦਾ ਹੈ। ਜਿਹੜੇ ਕੰਮ ਹੋਏ ਨੇ ਕਿਤੇ ਕਿਤੇ ਇਹ ਆਈ ਵਾਸ਼ ਵਾਂਗ ਨਹੀਂ ਲੱਗਦੇ ਕਿ ਹਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਇੱਕ ਤਰੀਕੇ ਦੇ ਨਾਲ ਅਸੀਂ ਧੂੜ ਪਾਈ ਹੈ ਕਿ ਅਸੀਂ ਕੰਮ ਵੀ ਕਰ ਦਿੱਤੇ, ਅਤੇ ਉਹ ਕੰਮ ਜਿਹੜੇ ਕਿ ਇੱਕ ਬਾਰਿਸ਼ ਦੇ ਨਾਲ ਹੀ। ਬਾਰਿਸ਼ ਦੇ ਨਾਲ ਜਿਹੜਾ ਨੁਕਸਾਨ ਹੋਇਆ ਜਾਂ ਸੜਕਾਂ ਬੈਠ ਗਈਆਂ ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ, ਕਿਉਂਕਿ ਮੈਂ ਪਿਛਲੇ 25-30 ਸਾਲ ਤੋਂ ਐਜ਼ ਏ ਕੌਂਸਲਰ ਵਰਕਿੰਗ ਕੀਤੀ ਹੈ, ਔਰ ਜਿਹੜੀ ਸੜਕ ਕੋਈ ਬੈਠੀ ਹੈ ਉੱਥੇ ਪਹਿਲਾਂ ਅਸੀਂ ਸੀਵਰ ਪਾਇਆ ਹੋਏਗਾ, ਜਾਂ ਕੋਈ ਵਾਟਰ ਸਪਲਾਈ ਦੀ ਲਾਈਨ ਪਾਈ ਹੋਏਗੀ, ਜਾਂ ਕੋਈ ਸੀਵਰੇਜ ਦੀ ਲਾਈਨ ਪਾਈ ਹੋਏਗੀ। ਜਦੋਂ ਅਸੀਂ ਸੀਵਰੇਜ ਵਾਟਰ ਸਪਲਾਈ ਦੀ ਲਾਈਨ ਪਾਉਂਦੇ ਹਾਂ, ਫਿਰ ਸਾਨੂੰ 2-3 ਮਹੀਨੇ ਉਸ ਸੜਕ ਦੇ ਉੱਪਰ ਕੰਮ ਨਹੀਂ ਕਰਨਾ ਚਾਹੀਦਾ। ਲੇਕਿਨ ਜਿੱਥੇ ਕਿਧਰੇ ਬੈਠੀਏ ਅਸੀਂ ਜਦੋਂ ਸੀਵਰ ਪਾਇਆ ਜਾਂ ਵਾਟਰ ਸਪਲਾਈ ਪਾਈ, ਉਹ ਇਮੀਡੀਏਟ 15-20 ਦਿਨਾਂ ਬਾਅਦ ਅਸੀਂ ਉੱਥੇ ਸੜਕ ਬਣਾ ਦਿੱਤੀ ਹੋਣੀ, ਜਿਹਦੇ ਕਰਕੇ ਉਹ ਬੈਠ ਗਈ, ਜਿਹਦੇ ਕਰਕੇ ਨੁਕਸਾਨ ਹੋਇਆ। ਪਰ ਜਿਹੜਾ ਨੁਕਸਾਨ ਹੋਇਆ ਜਿਹੜੀ ਜਿਹੜੀ ਸੜਕ ਦਾ, ਇਹ ਨਹੀਂ ਵੀ 100% ਇਹੋ ਜਿਹਾ ਹੋਇਆ, ਕੋਈ ਇੱਕ ਦੋ ਜਗ੍ਹਾ 'ਤੇ ਇਹੋ ਜਿਹਾ ਸਿਸਟਮ ਨਾਲ ਹੋਇਆ। ਉਹ ਜਿਹੜਾ ਠੇਕੇਦਾਰ ਹੈ ਜਾਂ ਜਿਹੜਾ JEE ਜਾਂ ਜਿਹੜਾ SDO ਹੈ, ਜੇ ਉਹਨੇ ਕੋਈ ਉਸ ਜਗ੍ਹਾ ਦੇ ਉੱਪਰ ਮਾਈਨਸ ਪੁਆਇੰਟ ਰੱਖਿਆ ਜਿਹਦੇ ਨਾਲ ਸੜਕ ਬੈਠ ਗਈ, ਉਹਦੇ ਖਿਲਾਫ਼ ਜ਼ਰੂਰ ਕਾਰਵਾਈ ਹੋਣੀ ਚਾਹੀਦੀ, ਚਾਹੇ ਉਹ ਕਿਸੇ ਵੀ ਕੰਸਟੀਚੁਐਂਸੀ ਦੇ ਵਿੱਚ ਹੋਵੇ। ਕਿਉਂਕਿ ਸਰਕਾਰ ਨੇ ਪੈਸੇ ਖਰਚੇ ਆ 40-50 ਲੱਖ, 60 ਲੱਖ ਤੋਂ ਘੱਟ ਕਿਧਰੇ ਸੜਕ ਨਹੀਂ ਬਣਦੀ। ਜੇ ਇਹੋ ਜਿਹੀ ਕੋਈ ਕਤਾਈ ਹੋਈ ਹੈ ਤਾਂ ਜੋ ਬੰਦਾ, ਚਾਹੇ ਉਹ JEE ਦੇ ਡਿਊਟੀ ਸੀ ਚਾਹੇ ਉਹ ਠੇਕੇਦਾਰ ਦੀ ਡਿਊਟੀ ਸੀ, ਉਹਨੇ ਨੰਗੈਲੀ ਕੀਤੀ ਤਾਂ ਉਹਨੂੰ ਸਜ਼ਾ ਜ਼ਰੂਰ ਮਿਲੇਗੀ। ਬਈ ਸਰ, ਤੁਹਾਡੀ ਸਰਕਾਰ ਦੇ ਉੱਤੇ ਇਹ ਵੀ ਐਲੀਗੇਸ਼ਨ ਲੱਗਦਾ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਕਾਫਿਲਾ ਰੋਕ ਲਿਆ, ਉਹਦੇ ਨਾਲ ਸਰਕਾਰੀ ਤੌਰ 'ਤੇ ਤਾਂ ਇੱਕ ਅਲੱਗ ਪਿਛੋਕੜ ਹੈ, ਪਰ ਇੱਕ ਪੰਜਾਬੀ ਹੋਣ ਦੇ ਨਾਤੇ ਇੱਕ ਆਮ ਇਨਸਾਨ ਜਿਹੜਾ ਉਹ ਆਪਣੇ ਆਪ ਨੂੰ ਬੇਇੱਜ਼ਤ ਹੋਇਆ ਮਹਿਸੂਸ ਕਰਦਾ ਹੈ, ਤੁਸੀਂ ਇਸ ਗੱਲ ਨੂੰ ਕਿਵੇਂ ਰਿਐਕਟ ਕਰਦੇ ਹੋ? ਦੇਖੋ, ਪ੍ਰਧਾਨ ਮੰਤਰੀ ਦਾ ਕਾਫਲਾ ਰੋਕਣਾ ਬੜੀ ਵੱਡੀ ਗੱਲ ਹੈ। ਇਹ ਸਾਡੇ 'ਤੇ ਐਲੀਗੇਸ਼ਨ ਲਾਈ ਜਾਂਦੇ ਪੰਜਾਬੀਆਂ ਦੇ ਉੱਪਰ ਕਿ ਪੰਜਾਬੀਆਂ ਨੇ ਪ੍ਰਧਾਨ ਮੰਤਰੀ ਦਾ ਕਾਫਲਾ ਰੋਕ ਲਿਆ। ਪੰਜਾਬ ਕੌਮ ਜਿਹੜੀ ਹੈ ਦਲੇਰ ਕੌਮ ਹੈ, ਆਹਮਣੇ ਸਾਹਮਣੇ ਦੀ ਲੜਾਈ ਲੜਦੇ ਆ, ਤੁਸੀਂ ਦੇਖ। ਇਹਨੂੰ ਅਸੀਂ ਦਲੇਰੀ ਕਹਾਂਗੇ? ਨਹੀਂ, ਦਲੇਰੀ ਨਹੀਂ ਕਹਾਂਗੇ, ਇਹ ਸਿਰਫ ਅਤੇ ਸਿਰਫ ਇੱਕ ਬਹਾਨਾ ਸੀ। 70,000 ਕੁਰਸੀ ਉਹਨਾਂ ਨੇ ਉੱਥੇ ਲਗਾਈ ਸੀ ਫਿਰੋਜ਼ਪੁਰ ਦੇ ਵਿੱਚ, ਅਤੇ ਬੰਦੇ 70 ਇਕੱਠੇ ਹੋਏ ਸੀਗੇ। ਇੰਟੈਲੀਜੈਂਸ ਦੀ ਜੋ ਰਿਪੋਰਟ ਸੀਗੀ, 70 ਬੰਦੇ ਇਕੱਠੇ ਹੋਏ ਸੀ 70,000 ਕੁਰਸੀ 'ਤੇ। ਉਹਨਾਂ ਨੇ ਕੋਈ ਨਾ ਕੋਈ ਬਹਾਨਾ ਲਾ ਕੇ ਕਹਿ ਦਿੱਤਾ ਕਿ ਮੈਨੂੰ ਤਾਂ ਉੱਥੇ ਰੋਕ ਲਿਆ ਗਿਆ, ਜਦਕਿ ਕੋਈ ਅੱਗੇ
बैरियर नहीं लाया, किसानों ने कुछ नहीं किया। जेड़े कोई दो तीन चार पाँच बंदे उन्होंने कोल भी गए है, वह भी बसा के जोड़े बीजेपी के वर्कर जा रहे थे, जो मर्जी उन्हों का वीडियो देख लो, झंडा उन्होंने कोल बीजेपी का फड़िया होया। उन्होंने देखा कि उत्थे बारिश करके या आम पब्लिक आई नहीं बीजेपी करके, क्योंकि बीजेपी ने साडे पंजाब का बड़ा वड्डा नुकसान किया। तीन काले कानून लैके आते, साढ़े 700 जोड़े किसान सके उन्होंने बेचारे दिया शहीदियां हुई उस वेले, और उन्होंने मन के रोष सगा। तो जे इन्होंने काले कानून वापस ही लैने से वापस किए तो बड़े निर्दरीयापूर्वक के हिसाब के नाते साड़िया शहीदियां लैके साढ़े शहीद 750 जोड़े किसान किए। उस तो बाद इन्होंने काले कानून वापस लिते, लोगों के मन के रोष थी, कोई गया ही नहीं उन्होंने रैली के बीजेपी की। हूँ उन्होंने एक प्लैन बना लिया, बहाना बना लिया कि मोदी साहब रोक लिया जी, काफिला रोक लिया जी। मोदी साहब ने जाना सी, साढ़े तो सुट्टी जाते हैं, साड़ी पुलिस के उपर सुट्टी जाते हैं। इन्हों के कोल इंटैलीजेंस है, इन्हों को रा इन चार पाँच एहोजी एजेंसियां ने जिहड़ियां जो प्रधानमंत्री ने किधर जाना हो तो उत्थे पहला सारा सर्वे कर दियां। उन्होंने सारा सर्वे किया, उन्होंने कहा भी तुम इस जगह तो नहीं जाना या इस जगह तो जाओ, जो इन्होंने पता सी बरसात है तो ना आते, किधरे सर्कट हाउस बैठ के या किधरे होर बैठ के उत्थे गल कर लेंगे, वीडियो कॉन्फ्रेंस कर लेंगे। जो इन्होंने देखा भी उत्थे रश पै नहीं, बंदे कट्ठे नहीं हुए, इन्होंने कोई ना कोई बहाना ला दिता, कह दिता कि देखो जी असी तो जाना चाहते सीगे उत्थे ते सानू रस्ते दे विच रोक लिया। प्रधानमंत्री का काफिला रोकना बड़ी मुश्किल गल है, इत्थे सीएम का काफिला नहीं कोई रोक सकता, तो प्रधानमंत्री का काफिला कौन रोक सकता। वैसे तो मामला हुण सुप्रीम कोर्ट के अधीन है, पर जो मीडिया दे विच रिपोर्टां आ रही ने जिन्हां दे विच डीजीपी नूं लिखियां हुई चिट्ठियां भी जाहिर कीतियां जा रही ने कि सारा कुछ पहले दस्या गया सीगा, पर तुहाडा जिहड़ा पक्ष है वह कुछ अलग है। की तुहाडा मानना यह है कि यह सोची समझी साजिश सी? बिल्कुल बिल्कुल, यह सोची समझी साजिश सी कि इन्होंने जाण बुझ के मोदी साहब ने रस्ते दे विचों डिवर्ट कर लिया, रस्ता बदल लिया पहला, फिर रस्ता डिवर्ट कर लिया, फिर जाण के 10-15-20 मिनट वास्ते उत्थे खड़े हो गए तां कि असीं पंजाबियों की बेइज्जती कर सकीए और कह सकी कि पंजाबियों ने मैनूं रोकिया। पंजाबियों ने कदी नहीं रोकिया, इन्होंने पंजाबियों नूं रोकिया सीगा। जदों पंजाबियों ने अपने हकों की गल की, किसानों की गल की, किसानों के काले कानून वापस लैन की गल की, तो इन्होंने बैरीयर ला के दिल्ली तो पहला रोकिया सीगा। एक साल किसान बेचारे धुप दे विच ठंड दे विच बैठे रहे, लेकिन इन्होंने इन्हों दी गल नहीं मनी। ये सिर्फ तो सिर्फ एक साढ़े एलीगेशन ला रहे हैं, परोलाइज कर रहे, सानू कह रहे हैं कि मैंने जानबूझ के रोकिया। इन्हीं सब चीज़ों के बावजूद तुहानू लगता है कि आने वाले समय के कांग्रेस का भविख मजबूत होएगा? मैं तो तुम पहला ही कहा कि इलैक्शन का बिगल भज गया, 14 फरवरी इलैक्शन है, लोग दसणगे कि सेंटर सरकार ने साडे स्टेट के नाल साडे पंजाब के नाल किड्डा वड्डा धक्का किया, उनका जवाब पंजाबी पंजाबीयत जरूर देगी कि जिस तरीके दे नाल इन्होंने पंजाब दे नाल सुतेला व्यवहार किया। कोई वड्डा दस दो, कोई इन्होंने प्लांट लाया हो, कोई वड्डी इंडस्ट्री सानू दित्ती हो सेंटर को ही लगाने वास्ते प्रधानमंत्री साहब आ रहे थे, आ रहे थे, फिर रस्ते जाते जाते अनाउंस कर देंगे, जिते 20 मिनट खड़े से उत्थे कह देंगे कि मैं दे चला वा, कोई ना कोई कर जाते। वो एक मैं पहला भी तुहानू कहा बहाना ही सीगा, रस्ते भी कर सकते अनाउंस, बाद भी कर सकते, पहला भी कर सकते। एक होर गल सानू ये दसो कि पंजाब दे उत्ते कहा जाता है कि हरेक बंदे दे उत्ते लगभग 4000 तो ज़्यादा का कर्जा है, इन्ने कर्जे होने के बावजूद असी किवें ये ऐलान कर सकते हैं कि असी मुफ्त ये देवे, मुफ्त वो देवे, सहूलत देवे, कितों बजट आएगा? देखो जिहड़ा साडा भविख है, जिहड़ा साडा फ्यूचर है, जे असी इस तरह फ्री काम करते, मैं इस वेले चाहे मैं तुहाडे सामने खड़ा वा, मैं पार्टी तो उपर उठ के कहना कि जे असी इस तरह करांगे आने वाला जिहड़ा समय है ना वो बहुत माड़ा होगा। सानू फंड जनरेट किधरों ना किधरों कराने चाहिए, असीं सारियां चीज़ां फ्री नहीं दे सकते, पर किधरों ना किधरों सानू फंड जनरेट होण तां ही साडा जिहड़ा सिस्टम है चल वधिया स्मूथली चल सकदा है। तो जे असीं फ्री, एक पार्टी कह रही है कि मैं 2 किलोवाट फ्री करूँ, 3 किलोवाट फ्री करूँ, इस नाल नुकसान हो, नुकसान हो। ये तुहाडा जाति मेरा जाति जिहड़ा इशू है, मैं जाति तुहानू जिहड़ी मैं गल कर रहा, पर की इहदे नाल मैसेज ये नहीं जाता कि जाति तौर पर जे तुहाडा सरकार दे विच होण दे बावजूद एक ओपीनियन है और उन्हें सुनिया नहीं जा रहा, तो कितने नहीं, नहीं मेरा ये ओपीनियन है, मैं तो ये कह रहा वा जो मेरी सुजैशन है, जो मेरी सोच है, पार्टी की अपनी सोच हो सकती है, इंसान की अपनी सोच हो सकती है, भी सानू किधर ना किधरे कोई ना कोई फंड जरूर जनरेट करने चाहिए, जे असी स्टेट नूं चलाना है, जे असी हिंदुस्तान चलाना, जे असी सारिया चीज़ा फ्री 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 करांगे आने वाले समय के सानू नुकसान हो। तुहाडी नज़र दे विच जे तुहाडी पार्टी नूं जित मिलती है जिदा कि तुसी कह रहे हो, तां सीएम
ਚਿਹਰਾ ਕੌਣ ਹੋਏਗਾ, ਸਿੱਧੂ ਜਾਂ ਫਿਰ ਚੰਨੀ? ਦੇਖੋ ਤੁਸੀਂ ਕਹਿ ਰਹੇ ਹੋ ਵੀ ਜੇ ਜਿੱਤ ਮਿਲਦੀ ਸਾਡੀ ਪਾਰਟੀ ਨੂੰ ਜ਼ਰੂਰ ਜਿੱਤ ਮਿਲੇਗੀ, ਜੋ ਹਾਈਕਮਾਂਡ ਹੁਕਮ ਕਰੇਗਾ ਚਿਹਰੇ ਵਾਸਤੇ ਅਸੀਂ ਹਾਈਕਮਾਂਡ ਦੇ ਪਿੱਛੇ ਰਹਾਂਗੇ, ਕਿਉਂਕਿ ਪਹਿਲਾਂ ਦੇ ਸਾਡੇ MLA ਜਿੱਤ ਕੇ ਜਾਣਗੇ, ਔਰ MLA ਡਿਸਾਈਡ ਕਰਨਗੇ, ਔਰ ਜੋ ਹਾਈਕਮਾਂਡ ਕਹੇਗਾ ਜਿਨ੍ਹਾਂ ਦੇ MLA ਜਾਂ ਹਾਈਕਮਾਂਡ ਮੋਹਰ ਲਾਏਗਾ ਉਹਨੂੰ ਅਸੀਂ CM ਚਿਹਰਾ ਲੈ। ਜਿਵੇਂ ਤੁਹਾਡਾ ਜ਼ਾਤੀ ਇੱਕ ਓਪੀਨੀਅਨ ਹੁੰਦਾ ਹੈ ਨਾ, ਤੁਹਾਡਾ ਓਪੀਨੀਅਨ ਇਸ ਬਾਰੇ ਕੀ ਕਹਿੰਦਾ? ਮੇਰਾ ਓਪੀਨੀਅਨ ਇਹ ਕਿ ਪਹਿਲਾਂ ਸਾਨੂੰ ਲੜਾਈ ਲੜਨੀ ਪਏਗੀ ਸਾਰਿਆਂ ਨੂੰ ਰਲ ਕੇ, ਜਿੱਤ ਹਾਸਲ ਕਰਾਂਗੇ ਜਦੋਂ, ਜੇ ਅਸੀਂ ਸਾਡੀ ਸਰਕਾਰ ਬਣਦੀ, ਜੇ ਅਸੀਂ ਜਿੱਤ ਹਾਸਲ ਕਰਦੇ ਹਾਂ ਤਾਂ CM ਸਾਹਿਬ ਵੀ ਜਦੋਂ ਜਿਹੜੇ ਅਸੀਂ ਸਾਰੇ ਜਿੱਤੇ ਹੋਵਾਂਗੇ ਉਹਨਾਂ ਦੇ ਵਿੱਚੋਂ ਕਿਸੇ ਨਾ ਕਿਸੇ ਨੂੰ ਬਣਾਵਾਂਗੇ। ਬੇਰੀ ਸਾਹਿਬ ਦਾ ਪੋਰਟਫੋਲੀਓ ਕੀ ਹੋਣਾ ਚਾਹੀਦਾ ਆਉਣ ਵਾਲੀ ਸਰਕਾਰ ਦੀ? ਮੈਂ ਤਾਂ ਜਿੱਦਾਂ ਜੋ ਹੈਗਾ ਜੀ, ਜੇ ਅਸੀਂ ਕੌਂਸਲਰ ਰਹੇ ਹਾਂ 5-6 ਵਾਰ ਅਤੇ ਦਿਲੋਂ ਕੰਮ ਕੀਤਾ, ਕਦੇ ਇਹ ਨਹੀਂ ਸੋਚਿਆ ਵੀ ਸਾਨੂੰ ਪੋਰਟਫੋਲੀਓ ਕੋਈ ਵਧੀਆ ਮਿਲ ਜਾਏ ਜਾਂ ਅਸੀਂ ਇਹ ਬਣ ਜਾਈਏ। ਜੇ ਅਸੀਂ ਐਜ਼ ਏ MLA ਵਰਕਿੰਗ ਕੀਤੀ ਹੈ ਤਾਂ ਦਿਲੋਂ ਸੋਚ ਕੇ ਕੀਤੀ ਹੈ ਕਿ ਇੱਕ ਵਿਧਾਨ ਸਭਾ ਮੈਂਬਰ ਦੇ ਤੌਰ 'ਤੇ ਲੋਕਾਂ ਦੇ ਵਿੱਚ ਵਿਚਰਿਆ, ਕਦੀ ਇਹ ਨਹੀਂ ਸੋਚਿਆ ਵੀ ਮੈਂ ਲੋਕਾਂ ਦੇ ਵਿੱਚ ਜਾ ਰਿਹਾ ਮੈਂ MLA, ਨਾ ਮੇਰੇ ਨਾਲ ਕੋਈ ਹੈ ਗਨਮੈਨ ਨਹੀਂ ਹੈ, ਕਿਧਰੇ ਬੈਠਾ ਸਕੂਟਰ ਹੈ ਸਕੂਟਰ 'ਤੇ ਚਲੇ ਜਾਣਾ, ਕਾਰ ਹੈ ਕਾਰ 'ਤੇ ਚਲੇ ਜਾਣਾ, ਇਹ ਨਹੀਂ ਕਦੀ ਸੋਚਿਆ। ਪੋਰਟਫੋਲੀਓ ਪਰਮਾਤਮਾ ਨੇ ਦੇਣਾ, ਜੇ ਮੈਂ ਚੰਗੇ ਕੰਮ ਕਰੂੰਗਾ ਪਰਮਾਤਮਾ ਆਪ ਅੱਗੇ ਲੈ ਕੇ ਜਾਊਗਾ। ਇਸ ਗੱਲ ਨੂੰ ਤਾਂ ਸਾਡੇ ਜਿਹੜੇ ਦੇਖਣ ਵਾਲੇ ਦਰਸ਼ਕ ਨੇ ਉਹ ਵੀ ਜ਼ਰੂਰ ਮੰਨਦੇ ਹੋਣਗੇ ਕਿ ਤੁਸੀਂ ਵਾਕਈ ਇੱਦਾਂ ਕਦੇ ਪਰਵਾਹ ਨਹੀਂ ਕੀਤੀ ਕਿ ਤੁਸੀਂ ਕਾਹਦੇ 'ਤੇ ਜਾ ਰਹੇ ਹੋ, ਪਰ ਫਿਰ ਵੀ ਹੁੰਦਾ ਹੈ ਕਿ ਹਜ਼ਾਰੋਂ ਖਾਹਿਸ਼ ਐਸੀ ਕਿ ਹਰ ਖਾਹਿਸ਼ ਪੇ ਦਮ ਨਿਕਲੇ, ਬਹੁਤ ਨਿਕਲੇ ਮੇਰੇ ਅਰਮਾਨ ਲੇਕਿਨ ਫਿਰ ਵੀ ਕੰਮ ਨਿਕਲੇ। ਕੋਈ ਇੱਕ ਖਾਹਿਸ਼ ਅਜੇ ਵੀ ਦਿਲ 'ਚ ਪੂਰੀ ਹੋਈ ਨਾ ਹੋਵੇ ਕਿ ਹਾਂ ਯਾਰ ਆਹ ਪੋਰਟਫੋਲੀਓ ਮਿਲੇ ਅਤੇ ਮੈਂ ਲੋਕਾਂ ਵਾਸਤੇ ਆਹ ਕੰਮ ਕਰ ਸਕਾਂ? ਇੱਕ ਬਹੁਤ ਵੱਡਾ ਕੋਈ ਇਹੋ ਜਿਹਾ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਕੰਮ ਜਿਹਦੇ ਕਰਕੇ ਤੁਹਾਨੂੰ ਦੁਨੀਆਂ ਦੇ ਵਿੱਚ ਐਟਲੀਸਟ ਇਸ ਖੇਤਰ ਦੇ ਵਿੱਚ ਯਾਦ ਰੱਖਿਆ ਜਾ ਸਕੇ, ਕੋਈ ਕੰਮ ਤੁਹਾਡੀ ਨਜ਼ਰ 'ਚ ਹੋਵੇ? ਦੇਖੋ ਮੈਂ ਸੈਲਫ ਡਿਪੈਂਡ ਸੀਗਾ, ਮੈਂ ਕਦੇ ਸੋਚਿਆ ਨਹੀਂ ਸੀ ਮੈਂ MLA ਬਣਨਾ, ਮੈਨੂੰ ਬੜਾ ਵੱਡਾ ਪੋਰਟਫੋਲੀਓ ਐਜ਼ ਏ MLA ਮਿਲ ਗਿਆ। ਮੇਰੀ ਇੱਕ ਨੇਚਰ ਹੈ, ਮੈਂ ਮੇਰੀ ਸੋਚ ਹੈ ਕਿ ਜੇ ਮੈਂ ਮਿਹਨਤ ਕਰਾਂਗਾ ਤਾਂ ਪਰਮਾਤਮਾ ਨੇ ਮੇਰੀ ਮਿਹਨਤ ਨੂੰ ਆਪਣੇ ਆਪ ਫਲ ਦੇਣਾ, ਆਪਣੇ ਆਪ ਪੋਰਟਫੋਲੀਓ ਮਿਲਣਾ। ਜੇ ਮੈਂ ਚੰਗੇ ਕੰਮ ਕਰਾਂਗੇ ਦੁਨੀਆ ਨੇ ਹੀ ਆਪੇ ਆਪ ਕਹਿ ਦੇਣਾ ਵੀ ਇਹ ਨਹੀਂ, ਇੰਨੇ ਬੰਦੇ ਨੇ ਚੰਗੇ ਕੰਮ ਕੀਤੇ, ਇਹਨੂੰ ਇੱਥੇ ਨਹੀਂ ਇੱਥੇ ਐਡਜਸਟ ਕਰੋ। ਕਦੇ ਵੀ ਇਨਸਾਨ ਨੂੰ ਇਹ ਨਹੀਂ ਸੋਚਣਾ ਚਾਹੀਦਾ ਜਾਂ ਇਹ ਨਹੀਂ ਤਮੰਨਾ ਹੋਣੀ ਚਾਹੀਦੀ ਕਿ ਮੈਂ ਬਣਨਾ, ਇੱਕ ਮਨ ਦੇ ਵਿੱਚ ਇਹ ਕਹੋ ਵੀ ਜੇ ਮੈਂ ਇਸ ਰਸਤੇ 'ਚ ਪੈ ਗਿਆ ਇਸ ਰਸਤੇ ਨੂੰ ਮੈਂ ਅਗਾਂਹ ਲੈ ਕੇ ਜਾਣਾ, ਮਨ ਦੇ ਵਿੱਚ ਧਾਰਾ ਧੋਰ ਲਈਏ ਵੀ ਅਸੀਂ ਇਹ ਕੰਮ ਮਿਹਨਤ ਨਾਲ ਕਰਨਾ ਹੀ ਕਰਨਾ। ਕੋਈ ਕੰਮ ਨਹੀਂ ਇਹੋ ਜਿਹਾ ਜ਼ਿੰਦਗੀ ਦੇ ਵਿੱਚ ਜਿੱਥੇ ਅਸੀਂ ਮਿਹਨਤ ਕਰੀਏ ਅਤੇ ਸਫਲ ਨਾ ਹੋਈਏ। ਸੋ ਮੇਰੀ ਪਰਮਪਿਤਾ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਜੋ ਮੇਰੀ ਡਿਊਟੀ ਲਗਾਈ ਹੈ ਉਹਨੂੰ ਮੈਂ ਤਨੋ ਮਨੋ ਧਨੋ ਠੀਕ ਢੰਗ ਦੇ ਨਾਲ, ਇਮਾਨਦਾਰੀ ਦੇ ਨਾਲ, ਇਨਸਾਨੀਅਤ ਦੇ ਤੌਰ ਦੇ ਨਾਲ ਕਰਾਂ, ਬਾਕੀ ਪਰਮਾਤਮਾ ਨੇ ਆਪਣੇ ਕਿਤੇ ਨਾ ਜਿੱਥੇ ਐਡਜਸਟ ਕਰਨਾ ਆਪੇ ਹੀ ਕਰ ਦੇਣਾ। ਇਰਾਦੇ ਨਹੀਂ ਖੋ ਤੋ ਸੁਪਨੇ ਵੀ ਸਾਕਾਰ ਹੋਤੇ ਹੈ, ਅਗਰ ਮੰਜ਼ਿਲ ਸਾਫ਼ ਹੋ ਤੋ ਰਾਸਤੇ ਆਸਾਂ ਹੋਤੇ ਹੈ, ਪਰ ਇਹ ਰਸਤਾ ਜਿਹੜਾ ਸਿਆਸਤ ਦਾ ਹੈ ਇਹ ਕਦੇ ਵੀ ਆਸਾਨ ਹੋਇਆ ਨਹੀਂ ਹੈ, ਇਹਦੇ 'ਚ ਕਿਹੜੀ ਖੇਡ ਖੇਡ ਜਾਣੀ ਹੈ ਉਹਦੇ ਬਾਰੇ ਕੋਈ ਪਤਾ ਨਹੀਂ ਲੱਗਦਾ। ਸਕੂਲਸ ਦੀ ਅਸੀਂ ਗੱਲ ਕਰਦੇ ਹਾਂ, ਹੋਸਪਿਟਲਸ ਦੀ ਗੱਲ ਕਰਦੇ ਹਾਂ, ਬੇਸਿਕ ਜਿਹੜੀਆਂ ਸਹੂਲਤਾਂ ਨੇ ਉਹਨਾਂ ਦੇ ਬਾਰੇ ਗੱਲ ਕਰਦੇ ਹਾਂ, ਤਾਂ ਪਿਛਲੇ ਸਮੇਂ ਦੇ ਵਿੱਚ ਜਿੱਦਾਂ ਕਿ ਕਰੋਨਾ ਦੇ ਕਰਕੇ ਬਹੁਤ ਸਾਰਾ ਪ੍ਰੈਸ਼ਰਾਈਜ਼ ਹੋ ਗਿਆ ਸੀ ਸਾਡਾ ਹੈਲਥ ਸਿਸਟਮ ਵੀ, ਤੁਹਾਨੂੰ ਲੱਗਦਾ ਹੈ ਕਿ ਜੋ ਹੈਲਥ ਸਿਸਟਮ ਦੇ ਵਿੱਚ ਸਾਨੂੰ ਚਾਹੀਦਾ ਸੀਗਾ, ਅੱਜ ਅਸੀਂ ਗੱਲ ਕਰਦੇ ਹਾਂ ਜਿਹੜੇ ਕੋਵਿਡ ਦੇ ਕੈਂਪ ਲੱਗਦੇ ਆ ਉਹ ਵੀ ਬਹੁਤ ਘੱਟ ਲੱਗਦੇ ਨੇ, ਸਰਕਾਰ ਕਿਤੇ ਥੋੜ੍ਹੀ ਜਿਹੀ ਲਥਾਰਜਿਕ ਜਾਂ ਲਗਰਜ਼ ਜਿਹੀ ਨਜ਼ਰ ਆਉਂਦੀ ਹੈ ਇਸ ਮਾਮਲੇ 'ਚ, ਤੁਸੀਂ ਇਹ ਮਹਿਸੂਸ ਕੀਤਾ? ਦੇਖੋ ਅੱਜ ਦੇ ਯੁੱਗ ਦੇ ਵਿੱਚ ਕਹਿ ਦਿਓ ਜਾਂ ਅੱਜ ਦੀ ਲੋੜ ਹੈ, ਦੋਵੇਂ ਗੱਲਾਂ ਜਿਹੜੀਆਂ ਹੈਲਥ ਔਰ ਐਜੂਕੇਸ਼ਨ ਦੀ ਤੁਸੀਂ ਗੱਲ ਕੀਤੀ ਹੈ। ਹੈਲਥ ਪੱਖੋਂ ਅੱਜ ਗੱਲ ਕਰੀਏ, ਜਿਹੜਾ ਕੋਵਿਡ ਪਿਛਲੇ 1.5-2 ਸਾਲ ਦੇ ਵਿੱਚ ਬੜਾ ਭਿਆਨਕ ਦੌਰ ਆਇਆ ਸਾਡੇ ਸਾਰਿਆਂ ਦੇ ਉੱਪਰ, ਸਾਰੇ ਸੰਸਾਰ ਦੇ ਉੱਪਰ, ਉਸ ਵੇਲੇ ਸਾਡੀ ਪੰਜਾਬ ਸਟੇਟ ਨੇ ਉਸ ਕੋਵਿਡ ਦੀ ਲੜਾਈ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਲੜਿਆ। ਮੈਂ ਇੱਥੇ ਮਾਫ਼ੀ ਚਾਹਾਂਗਾ ਕਿ ਸਿਵਲ ਹਸਪਤਾਲ ਦੇ ਵਿੱਚ ਅਸੀਂ ਕੱਲ੍ਹ ਪਰਸੋਂ ਹੀ ਦੇਖ ਕੇ ਆਉਂਦੇ ਹਾਂ ਤਾਂ 500-500 ਬੰਦਾ ਜਿਹੜਾ ਹੈ ਉਹ ਲਾਈਨ 'ਚ ਖੜਾ ਹੈ, ਉਹਨਾਂ ਨੂੰ ਇੰਜੈਕਸ਼ਨ ਲੱਗ ਨਹੀਂ ਰਿਹਾ, ਸਵੇਰ ਤੋਂ ਸ਼ਾਮ ਹੋ ਗਈ ਪਰ ਉਹਨਾਂ ਦਾ ਨੰਬਰ ਨਹੀਂ ਲੱਗ ਰਿਹਾ, ਔਰ ਤੁਸੀਂ ਦਾਅਵੇ ਕੁਝ ਹੋਰ ਕਰ ਰਹੇ ਹੋ। ਮੈਂ ਤੁਹਾਨੂੰ ਸਾਫ਼ ਗੱਲ ਕਰ ਰਿਹਾ, ਜਦੋਂ ਆਪਾਂ ਦੂਸਰੀ ਲਹਿਰ ਆਈ ਸੀ ਕੋਵਿਡ ਦੀ, ਉਸ ਵੇਲੇ ਦਿੱਲੀ ਵਾਲਿਆਂ ਨੇ ਜਿਹੜੇ ਸਾਡੇ ਆਪ ਦੇ ਉੱਥੇ ਮੁੱਖ ਮੰਤਰੀ ਨੇ ਕੇਜਰੀਵਾਲ ਸਾਹਿਬ, ਉਹ ਕਹਿੰਦੇ ਸੀ ਕਿ ਮੇਰਾ ਹੈਲਥ ਸਿਸਟਮ ਬਹੁਤ ਵਧੀਆ, ਮੇਰੀਆਂ ਡਿਸਪੈਂਸਰੀਆਂ ਬਹੁਤ ਵਧੀਆ, ਮੇਰੇ ਹੈਲਥ ਕਲੀਨਿਕ ਬਹੁਤ ਵਧੀਆ, ਉਹਨਾਂ ਨੇ ਹੱਥ ਖੜੇ ਕਰਤੇ ਸੀ। ਕੋਵਿਡ ਦੇ ਪੇਸ਼ੈਂਟ ਦਿੱਲੀ ਤੋਂ ਸ਼ਿਫਟ ਸਾਡੇ ਪੰਜਾਬ ਦੇ ਵਿੱਚ ਹੋਏ ਸੀ, ਸਾਡੇ ਹੋਸਪਿਟਲ ਚਾਹੇ ਉਹ ਪ੍ਰਾਈਵੇਟ ਸੀ ਚਾਹੇ ਉਹ ਸਰਕਾਰੀ ਸੀਗੀ, ਉਹਨਾਂ ਨੇ ਜਿਸ ਤਰੀਕੇ ਦੇ ਨਾਲ ਪੇਸ਼ੈਂਟ ਦੀ ਦੇਖਭਾਲ ਕੀਤੀ ਉਹ ਕਾਬਲੇ ਤਾਰੀਫ ਸੀਗੀ। ਵੀਰ ਸਾਹਿਬ, ਤੁਹਾਡੇ ਵੱਲੋਂ ਕੋਈ ਸਕੂਲ ਜਾਂ ਕੋਈ ਹੋਸਪਿਟਲ ਤੁਹਾਡੇ ਟੈਨਿਊਰ ਦੇ ਵਿੱਚ ਨਵਾਂ ਉਸਾਰਿਆ ਗਿਆ ਹੋਵੇ ਜਾਂ ਕੁਛ? ਮੈਂ ਹੁਣ ਸਕੂਲ ਜਿਹੜਾ ਚੁਗਿੱਟੀ ਦੇ ਵਿੱਚ ਬਣਾਇਆ ਜੀ, ਆਪਣੀ ਗ੍ਰਾਂਟ ਦੇ ਵਿੱਚ 1.1 ਕਰੋੜ ਰੁਪਈਆ ਲਾ ਕੇ, ਔਰ ਜਿਹੜਾ ਸਾਡਾ ਸਕੂਲ ਬਣ ਰਿਹਾ ਸੈਂਟਰਲੀ AC ਸਕੂਲ ਬਣ ਰਿਹਾ, ਉਹਦੀ ਬਿਲਡਿੰਗ ਤਕਰੀਬਨ ਤਿਆਰ ਹੋ ਗਈ ਹੈ, ਔਰ ਉਹਦੇ ਨਾਲ ਨਾਲ ਜੇ ਅਸੀਂ ਕਿਧਰੇ ਹੋਰ ਸਕੂਲ ਦੀ ਗੱਲ ਕਰੀਏ, ਅੱਜ ਸਕੂਲ ਨੂੰ ਅਸੀਂ ਦੇਖ ਲਈਏ ਨਾ ਜੀ, ਜਿਹੜੇ ਪੰਜਾਬ ਦੇ ਸਕੂਲ ਬਣੇ ਆ ਸਰਕਾਰੀ ਸਕੂਲ ਬਹੁਤ ਵਧੀਆ ਬਣੇ ਆ, ਔਰ ਸਾਡੇ ਪਿਛਲੇ 2 ਸਾਲਾਂ ਦੇ ਵਿੱਚ ਬੱਚਿਆਂ ਦੀ 25% ਸਟਰੈਂਥ ਵਧੀ ਹੈ, 25% ਬਹੁਤ ਵੱਡੀ ਗੱਲ ਹੁੰਦੀ ਹੈ, ਔਰ ਜੇ ਅਸੀਂ ਦਿੱਲੀ ਦੇ ਸਕੂਲਾਂ ਦਾ ਮੁਕਾਬਲਾ ਕਰਦੇ ਹਾਂ ਪੰਜਾਬ ਦੇ ਸਕੂਲਾਂ ਦਾ ਤਾਂ ਅਸੀਂ ਨੰਬਰ 1 ਆਏ ਹਾਂ
ਸਾਡੀ ਐਜੂਕੇਸ਼ਨ ਵੱਲੋਂ ਵੀ ਔਰ ਸਾਡੀ ਇਨਫਰਾਸਟ੍ਰਕਚਰ ਵੱਲੋਂ ਵੀ। ਧਰਾਤਲ ਕੁਝ ਹੋਰ ਕਹਿੰਦਾ ਹੈ ਵੀ ਸਕੋਲਰਸ਼ਿਪ, ਪੋਸਟ ਮੈਟ੍ਰਿਕ ਸਕੋਲਰਸ਼ਿਪ ਜਿਹੜੀ ਸੀਗੀ ਉਹ ਵੀ ਬੜੀ ਦੇਰ ਬਾਅਦ ਜਾਰੀ ਕੀਤੀ ਗਈ, ਕੀਤੀ ਹੀ ਨਹੀਂ ਗਈ, ਬਹੁਤ ਸਾਰੇ ਸਟੂਡੈਂਟ ਜਿਹੜੇ ਨੇ ਉਹ ਜੂਝਦੇ ਰਹੇ। ਤੁਸੀਂ ਕਹਿੰਦੇ ਹੋ ਕਿ ਐਜੂਕੇਸ਼ਨ ਸਿਸਟਮ ਬਹੁਤ ਵਧੀਆ ਅਸੀਂ ਇਸਟੈਬਲਿਸ਼ ਕੀਤਾ, ਬੜਾ ਅਟਪਟਾ ਜਿਹਾ ਲੱਗਦਾ। ਮੈਂ ਕਿਹਾ ਜੀ ਜਿਹੜਾ ਅਸੀਂ ਨਰਸਰੀ ਤੋਂ ਸਕੂਲ ਸ਼ੁਰੂ ਕੀਤੇ ਆ ਉਹਦੇ ਵਿੱਚ ਸਾਡੇ ਬੱਚੇ ਡਿਮਾਂਡ ਆਈ, ਅਸੀਂ ਇੰਗਲਿਸ਼ ਮੀਡੀਅਮ ਸ਼ੁਰੂ ਕੀਤੇ ਆ ਉਹਦੇ ਵਿੱਚ ਲੋਕਾਂ ਨੇ ਬਹੁਤ ਵਧੀਆ ਸਰਾਇਆ, ਉਹ ਕਹਿੰਦੇ ਵੀ ਤੁਸੀਂ ਬਹੁਤ ਵਧੀਆ ਕੰਮ ਕੀਤਾ। ਜਿਹੜਾ ਸਕੋਲਰਸ਼ਿਪ ਦੀ ਗੱਲ ਕਰਦੇ ਪਏ ਹੋ ਉਹ ਸੈਂਟਰ ਗੌਰਮੈਂਟ ਨੇ ਕਿਧਰੇ ਨਾ ਕਿਧਰੇ ਕੋਈ ਨਾ ਕੋਈ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਅੜਿੱਕਾ ਪਾਇਆ। ਸਾਡੀ ਸਟੇਟ ਗੌਰਮੈਂਟ ਵੱਲੋਂ ਕੋਈ ਅੜਿੱਕਾ ਨਹੀਂ ਸੀ, ਲੇਕਿਨ ਫਿਰ ਵੀ ਸਾਡੇ ਮੁੱਖ ਮੰਤਰੀ ਸਾਹਿਬਾਨ ਨੇ ਸਕੋਲਰਸ਼ਿਪ ਸਿੱਧਾ ਦੇਣ ਦੀ ਕੋਸ਼ਿਸ਼ ਕੀਤੀ। ਜੇ ਸੈਂਟਰ ਨੇ ਪੈਸੇ ਸਾਡੇ ਰੋਕੇ ਵੀ ਹੈ ਤਾਂ ਅਸੀਂ ਕਿਹਾ ਸੀ ਸਟੇਟ ਗੌਰਮੈਂਟ ਇਹਨਾਂ ਨੂੰ ਸਿੱਧੇ ਪੈਸੇ ਦੇਗੀ ਚਾਹੇ ਸਾਡਾ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ। ਜੇ ਮੈਂ ਗਲਤ ਨਾ ਹੋਵਾਂ ਤਾਂ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਵੇਗਾ ਕਿ ਪਿੱਛੇ ਜੇ ਨਰਸਾਂ ਵੀ ਹੜਤਾਲ 'ਤੇ ਰਹੀਆਂ ਜਿਹੜੀਆਂ ਤੁਹਾਡੇ ਅਧੀਨ ਆਉਂਦੀਆਂ ਨੇ। ਇਸ ਸਿਚੁਏਸ਼ਨ ਦੇ ਵਿੱਚ ਜਦੋਂ ਤੁਸੀਂ ਕਹਿੰਦੇ ਹੋ ਕਿ ਹਰ ਚੀਜ਼ ਨੂੰ ਅਸੀਂ ਸੈਂਟਰ ਗੌਰਮੈਂਟ ਦੇ ਉੱਤੇ ਵੀ ਨਹੀਂ ਮਾੜ ਸਕਦੇ, ਪਰ ਉੱਥੇ ਤਾਂ ਤੁਹਾਡਾ ਇਖਤਿਆਰ ਸੀਗਾ, ਫਿਰ ਵੀ ਐਡੀਡੀਆਂ ਲਾਈਨਾਂ ਔਰ ਸਟਾਫ ਜਿਹੜਾ ਉਹ ਹੜਤਾਲ ਦੇ ਉੱਤੇ ਕਿਵੇਂ? ਦੇਖੋ ਜਿਹੜਾ ਦੌਰ ਚੱਲ ਰਿਹਾ ਜੀ 2-3 ਮਹੀਨੇ ਹੈ ਇਲੈਕਸ਼ਨ ਪੀਰੀਅਡ ਦੇ ਵਿੱਚ, ਉਦੋਂ ਹਰ ਕਹਿੰਦੇ ਚਾਹੇ ਉਹ ਨਰਸਿਸ ਹੈ, ਚਾਹੇ ਉਹ ਟੀਚਰ ਨੇ, ਚਾਹੇ ਉਹ ਡਾਕਟਰ ਨੇ, ਚਾਹੇ ਉਹ ਕਲਰਕ ਨੇ, ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਆਪਣੀਆਂ ਗੱਲਾਂ ਬਣਾਉਣ ਦੀ ਕੋਸ਼ਿਸ਼ ਕਰਦੇ ਹੈ ਕਿ ਸਾਡਾ ਇਹ ਵੀ ਕੰਮ ਹੋ ਜਾਵੇ, ਕਿਉਂਕਿ ਉਹਨਾਂ ਕੋਲ ਵੀ 4-5 ਸਾਲਾਂ ਦੇ ਵਿੱਚ 4.5 ਸਾਲਾਂ ਤੋਂ ਬਾਅਦ ਹੀ ਮੌਕਾ ਆਉਂਦਾ ਗੌਰਮੈਂਟ ਦੇ ਉੱਪਰ ਪ੍ਰੈਸ਼ਰ ਪਾਉਣ ਦਾ। ਔਰ ਉਹਨਾਂ ਨੇ ਪੂਰਾ ਪ੍ਰੈਸ਼ਰ ਪਾਇਆ, ਕਈਆਂ ਦੀ 90% ਅਸੀਂ ਡਿਮਾਂਡਾਂ ਮੰਨ ਵੀ ਲਈਆਂ, ਕੋਈ 5-7% ਰਹਿ ਗਈਆਂ ਹੋਣੀਆਂ। ਜੋ ਵੀ ਡਿਮਾਂਡ, ਜਿੰਨੇ ਵੀ ਜੋ ਵੀ ਡਿਮਾਂਡ ਕਹੀਏ, ਸਾਡੀ ਗਵਰਨਮੈਂਟ ਨੇ ਉਹਨਾਂ ਦੀ ਡਿਮਾਂਡ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕੀਤੀ। ਤਸਵੀਰ ਦਾ ਇੱਕ ਪਾਸਾ ਜਿਹੜਾ ਸਾਨੂੰ ਨਜ਼ਰ ਆਉਂਦਾ, ਜਿਹੜਾ ਅਸੀਂ ਇਹਨਾਂ ਦੇ ਨਾਲ ਤੁਹਾਡੇ ਵੱਲੋਂ ਸਾਂਝਾ ਕੀਤਾ, ਔਰ ਤਸਵੀਰ ਦਾ ਦੂਜਾ ਪਾਸਾ ਉਹ ਹੈ ਜਿਹੜਾ ਹੁਕਮਰਾਨਾਂ ਨੂੰ, ਜਿਹੜੇ ਸਿਆਸਤਦਾਨਾਂ ਨੂੰ ਆਪਣੀ ਕੁਰਸੀ 'ਤੇ ਬੈਠਿਆ ਹੋਇਆ ਨਜ਼ਰ ਆਉਂਦਾ, ਉਹਦੇ 'ਚ ਕੁਝ ਫਰਕ ਤਾਂ ਜ਼ਰੂਰ ਹੈ। ਬਹਰਹਾਲ ਅੱਜ ਇਸ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਅਸੀਂ ਬੇਰੀ ਸਾਹਿਬ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ, ਪਰ ਜਿਵੇਂ ਕਿ ਇੱਕ ਸ਼ਾਇਰ ਨੇ ਕਿਹਾ ਹੈ ਕਿ ਬਰਬਾਦ ਗੁਲਿਸਤਾਂ ਕਰਨੇ ਕੋ ਬਸ ਇੱਕ ਹੀ ਉੱਲੂ ਕਾਫੀ ਥਾ, ਅੰਜਾਮੇ ਗੁਲਿਸਤਾ ਮਤ ਪੁੱਛੋ, ਹਰ ਸ਼ਾਖ 'ਤੇ ਉੱਲੂ ਬੈਠਾ ਹੈ। ਹਰ ਇਨਸਾਨ ਦੇ ਕੋਲ ਆਪਣਾ ਪੱਖ ਜਸਟੀਫਾਈ ਕਰਨ ਦੇ ਲੱਖਾਂ ਲੱਖਾਂ ਕਾਰਨ ਔਰ ਢੰਗ ਤਰੀਕੇ ਨੇ। ਬੇਰੀ ਸਾਹਿਬ, ਕੋਈ ਖਾਸ ਗੱਲ ਸਾਡੇ ਦਰਸ਼ਕਾਂ ਦੇ ਨਾਲ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋਵੋ ਜਿਹੜੀ ਕਿ ਸ਼ਾਇਦ ਮੈਂ ਨਾ ਪੁੱਛ ਸਕਿਆ ਹੋਵਾਂ ਤੁਹਾਡੇ ਕੋਲੋਂ ਅੱਜ? ਮੇਰੀ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ ਆਪਾਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਵਾਲੇ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ। ਜੇ ਸਾਡੇ ਬੱਚੇ ਪੜ੍ਹ ਲਿਖ ਜਾਂਦੇ ਆ, ਚੰਗੀ ਜਗ੍ਹਾ 'ਤੇ ਐਡਜਸਟ ਹੋ ਜਾਂਦੇ ਆ, ਅਤੇ ਆਉਣ ਵਾਲਾ ਜਿਹੜਾ ਸਮੇਂ ਹੈ ਨਾ ਜੀ, ਚਾਹੇ ਉਹ ਬੱਚਿਆਂ ਵਾਸਤੇ, ਚਾਹੇ ਬੱਚਿਆਂ ਦੇ ਫਾਦਰ ਮਦਰ ਵਾਸਤੇ, ਉਹਨਾਂ ਦਾ ਜਿਹੜਾ ਫਿਊਚਰ ਹੈ ਉਹ ਬੜਾ ਬ੍ਰਾਈਟ ਹੁੰਦਾ। ਔਰ ਅਸੀਂ ਬੱਚਿਆਂ ਦੀ ਪੜ੍ਹਾਈ ਵਾਲੇ ਪਾਸੇ ਜ਼ਰੂਰ ਖਿਆਲ ਰੱਖੀਏ, ਆਪਣੇ ਬੱਚਿਆਂ ਨੂੰ ਪੜ੍ਹਾਈਏ ਲਿਖਾਈਏ ਜ਼ਰੂਰ, ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਸਾਡੇ ਸਾਰਿਆਂ ਵਾਸਤੇ ਵਧੀਆ ਹੋਵੇ। ਮੇਰੀ ਸਾਰਿਆਂ ਨੂੰ ਇਹੀ ਰਿਕੁਐਸਟ। ਅਸੀਂ ਵੀ ਇਹੀ ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਉਸ ਸੱਚੇ ਰੱਬ ਅੱਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਬਹੁਤ ਔਖਾ ਲੱਗ ਰਿਹਾ ਹੈ ਕਰੋਨਾ ਦੇ ਇਸ ਔਖੇ ਕਾਲ ਦੇ ਵਿੱਚ, ਜਦੋਂ ਥਰਡ ਵੇਵ ਵੀ ਸਾਡੇ ਕੋਲ ਦਸਤਕ ਦੇ ਚੁੱਕੀ ਹੈ, ਸਭ ਦੇ ਲਈ ਸੁਖਾਵਾਂ ਮਾਹੌਲ ਹੋਵੇ। ਨਵਾਂ ਸਾਲ ਜਿਹੜਾ ਆ ਰਿਹਾ ਹੈ ਜਾਂ ਚੜ੍ਹ ਚੁੱਕਾ ਹੈ, ਉਹਦੇ 'ਚ ਅਸੀਂ ਸਾਰੇ ਚੰਗੇ ਪਾਸੇ ਨੂੰ ਉਸਾਰੂ ਸੋਚ ਦੇ ਨਾਲ ਇੱਕਜੁੱਟ ਹੋ ਕੇ ਵੱਧ ਸਕੀਏ। ਬੇਰੀ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਤੁਸੀਂ KPD ਨਿਊਜ਼ ਦੇ ਨਾਲ ਅੱਜ ਇੰਨੀ ਜਾਣਕਾਰੀ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ, ਥੈਂਕ ਯੂ।